ਸਤਿ ਸ੍ਰੀ ਅਕਾਲ ਦੋਸਤੋ। ਸਿੱਧੂ ਮੂਸੇਵਾਲਾ ਕਤਲ ਮਾਮਲੇ ਦੇ ਵਿੱਚ ਦੋ ਵੱਡੀਆਂ ਖਬਰਾਂ ਨਿਕਲ ਕੇ ਸਾਹਮਣੇ ਆਈਆਂ ਨੇ, ਜਿੱਥੇ ਕਿ ਇੱਕ ਵੀਡੀਓ ਸਾਹਮਣੇ ਆਈ ਹੈ ਜੋ ਕਿ 29 ਮਈ ਦੀ ਦੱਸੀ ਜਾ ਰਹੀ ਹੈ, ਜੋ ਕਿ ਇੱਕ ਨਵੀਂ ਵੀਡੀਓ ਜੋ ਕਿ ਕਾਫੀ ਦੋਸਤਾਂ ਨੇ ਨਹੀਂ ਵੀ ਦੇਖੀ ਹੋਵੇਗੀ। ਜਵਾਹਰ ਕੇ ਪਿੰਡ ਜਦੋਂ ਸਿੱਧੂ ਮੂਸੇਵਾਲੇ ਤੇ ਕਤਲਾਨਾ ਹਮਲਾ ਹੋਇਆ, ਉਸ ਤੋਂ ਬਾਅਦ ਦੀ ਵੀਡੀਓ ਇਹ ਦੱਸੀ ਜਾ ਰਹੀ ਹੈ, ਜਿਸ ਦੇ ਵਿੱਚ ਇੱਕ ਔਰਤ ਵੀ ਦਿਖਾਈ ਦੇ ਰਹੀ ਹੈ। ਤੇ ਦੋਸਤੋ ਦੱਸ ਦਈਏ ਕਿ ਇਸ ਕਤਲਾਨਾ ਹਮਲੇ ਦੇ ਵਿੱਚ ਸਿੱਧੂ ਮੂਸੇਵਾਲੇ ਦੀ 29 ਮਈ ਨੂੰ ਮੌਤ ਹੋ ਗਈ ਸੀ, ਜਦੋਂ ਕੁਝ ਗੈਂਗਸਟਰਾਂ ਨੇ ਉਹਨਾਂ ਤੇ ਹਮਲਾ ਕੀਤਾ ਸੀ। ਤੇ ਉੱਥੇ ਹੀ ਦੋਸਤੋ ਇੱਕ ਹੋਰ ਵੱਡੀ ਖਬਰ ਦੱਸਦੀ ਹੈ ਕਿ ਸਿੱਧੂ ਮੂਸੇਵਾਲਾ ਕਤਲ ਮਾਮਲੇ ਦੇ ਵਿੱਚ ਲੜਿੰਦੇ ਦੋ ਆਖਰੀ ਗੈਂਗਸਟਰ ਜੋ ਕਿ ਹਾਲੇ ਤੱਕ ਪੁਲਿਸ ਦੀ ਪਕੜ ਤੋਂ ਬਾਹਰ ਸਨ, ਦੀਪਕ ਮੁੰਡੀ ਜੋ ਕਿ ਚਰਚਾ ਦੇ ਵਿੱਚ ਵੀ ਰਿਹਾ, ਜਿਸ ਦੇ ਬਾਰੇ ਦੱਸਿਆ ਜਾ ਰਿਹਾ ਕਿ ਉਸਨੇ ਬਲੈਰੋ ਗੱਡੀ ਦੇ ਵਿੱਚ ਸਿੱਧੂ ਮੂਸੇਵਾਲੇ ਦੀ ਗੱਡੀ ਦੇ ਅੱਗੇ ਘੇਰ ਕੇ ਸਭ ਤੋਂ ਪਹਿਲਾਂ ਗੱਡੀ ਪੈਂਚਰ ਕੀਤੀ ਸੀ, ਜਿਸ ਤੋਂ ਬਾਅਦ ਸਿੱਧੂ ਮੂਸੇਵਾਲੇ ਦੇ ਉੱਪਰ ਕਾਤਲਾਨਾ ਹਮਲਾ ਕੀਤਾ ਗਿਆ। ਦੀਪਕ ਮੁੰਡੀ ਜਿਸ ਦੀਆਂ ਕਿ ਕੁਝ ਕਾਲ ਰਿਕਾਰਡਿੰਗਸ ਵੀ ਵਾਇਰਲ ਹੋਈਆਂ ਸੀ, ਜਦੋਂ ਕਿ ਉਹ ਕੁਝ ਕਾਰ ਦੇ ਵੱਡੇ ਡੀਲਰਾਂ ਤੋਂ ਫਰੌਤੀ ਮੰਗ ਰਿਹਾ ਸੀ। ਦੱਸ ਦਈਏ ਕਿ ਪੰਜਾਬ ਪੁਲਿਸ ਅਤੇ ਦਿੱਲੀ ਪੁਲਿਸ ਦੇ ਸਾਂਝੇ ਆਪਰੇਸ਼ਨ ਅਤੇ ਐਂਟੀ ਗੈਂਗਸਟਰ ਟਾਸਕ ਫੋਰਸ ਦੇ ਸਾਂਝੇ ਆਪਰੇਸ਼ਨ ਦੁਆਰਾ ਨੇਪਾਲ ਦੇ ਬਾਰਡਰ ਤੋਂ ਕੁਝ ਹੀ ਦੂਰੀ 'ਤੇ ਇਹਨਾਂ ਦੋਵਾਂ ਗੈਂਗਸਟਰਾਂ ਨੂੰ ਕਾਬੂ ਕਰ ਲਿਆ ਗਿਆ। ਦੱਸ ਦਈਏ ਕਿ ਪੰਜਾਬ ਪੁਲਿਸ, ਦਿੱਲੀ ਪੁਲਿਸ ਅਤੇ ਐਂਟੀ ਗੈਂਗਸਟਰ ਟਾਸਕ ਫੋਰਸ ਦੀ ਇੱਕ ਬਹੁਤ ਹੀ ਵੱਡੀ ਮੁਹਿੰਮ ਦੇ ਤਹਿਤ ਇਹਨਾਂ ਨੂੰ ਫੜਿਆ ਗਿਆ, ਕਿਉਂਕਿ ਜੇਕਰ ਥੋੜ੍ਹੀ ਜਿਹੀ ਵੀ ਅਣਗਹਿਲੀ ਹੋ ਜਾਂਦੀ ਤਾਂ ਇਹ ਨੇਪਾਲ ਨਿਕਲਣ ਦੀ ਫਰਾਤ ਦੇ ਵਿੱਚ ਸਨ ਅਤੇ ਉਸ ਤੋਂ ਬਾਅਦ ਇਹਨਾਂ ਦਾ ਫੜੇ ਜਾਣਾ ਬੇਹੱਦ ਮੁਸ਼ਕਲ ਸੀ। ਇਹ ਵੀ ਪਤਾ ਲੱਗਿਆ ਕਿ ਜਦੋਂ ਕੁਝ ਸਮਾਂ ਪਹਿਲਾਂ ਸਿੱਧੂ ਮੂਸੇਵਾਲਾ ਕਤਲ ਮਾਮਲੇ ਦੇ ਨਾਲ ਸੰਬੰਧਿਤ ਦੋ ਮੰਨਾ ਅਤੇ ਰੂਪਾ ਗੈਂਗਸਟਰਾਂ ਦਾ ਇਨਕਾਊਂਟਰ ਪੰਜਾਬ ਪੁਲਿਸ ਦੁਆਰਾ ਕੀਤਾ ਗਿਆ, ਤਾਂ ਪੰਜਾਬ ਪੁਲਿਸ ਕੋਲ ਇਹ ਇਨਪੁੱਟ ਸੀ ਕਿ ਕੁਝ ਸਮਾਂ ਪਹਿਲਾਂ ਇਹ ਦੋ ਗੈਂਗਸਟਰ ਜਿਨ੍ਹਾਂ ਦਾ ਇਨਕਾਊਂਟਰ ਹੋਇਆ ਅਤੇ ਦੋ ਗੈਂਗਸਟਰ ਜਿਹੜੇ ਹੁਣ ਫੜੇ ਗਏ ਹਨ ਨੇਪਾਲ ਬਾਰਡਰ ਤੋਂ ਇਕੱਠੇ ਸਨ, ਪਰ ਇਨਕਾਊਂਟਰ ਦੇ ਸਮੇਂ ਤੋਂ ਕੁਝ ਸਮਾਂ ਪਹਿਲਾਂ ਹੀ ਨਿਕਲ ਗਏ ਸਨ, ਜਿਸ ਤੋਂ ਬਾਅਦ ਪੰਜਾਬ ਪੁਲਿਸ ਨੇ ਕਾਫੀ ਸਰਚ ਆਪਰੇਸ਼ਨ ਵੀ ਚਲਾਇਆ, ਪਿੰਡਾਂ ਦੇ ਵਿੱਚ ਕਾਫੀ ਜ਼ਿਆਦਾ ਸਰਚ ਵੀ ਕੀਤੀ, ਪਰ ਇਹ ਦੋਵੇਂ ਪੁਲਿਸ ਦੇ ਹੱਥੇ ਤੋਂ ਦੂਰ ਸਨ। ਅਤੇ ਹੁਣ ਐਨ ਮੌਕੇ 'ਤੇ ਪੰਜਾਬ ਪੁਲਿਸ, ਦਿੱਲੀ ਪੁਲਿਸ ਅਤੇ ਐਂਟੀ ਗੈਂਗਸਟਰ ਟਾਸਕ ਫੋਰਸ ਵੱਲੋਂ ਇਹਨਾਂ ਦੋਵੇਂ ਜੋ ਗੈਂਗਸਟਰ ਨੇ ਉਹਨਾਂ ਨੂੰ ਫੜ ਕੇ ਪੰਜਾਬ ਦੇ ਲਈ ਪੁਲਿਸ ਰਵਾਨਾ ਹੋ ਗਈ ਹੈ ਅਤੇ ਮਾਨਸਾ ਕੋਰਟ ਦੇ ਵਿੱਚ ਦੋਵਾਂ ਨੂੰ ਪੇਸ਼ ਕਰਕੇ ਇਹਨਾਂ ਦਾ ਰਿਮਾਂਡ ਲਿਆ ਜਾਵੇਗਾ ਅਤੇ ਹੋਰ ਨਵੇਂ ਖੁਲਾਸੇ ਹੋਣ ਦੀ ਉਮੀਦ ਹੈ, ਕਿਉਂਕਿ ਹੁਣ ਤੱਕ ਕਾਫੀ ਗੱਲਾਂ ਬਾਹਰ ਹੋ ਚੁੱਕੀਆਂ ਨੇ ਕਿ ਕਾਫੀ ਵੱਡੇ ਨਾਮ ਸਿੱਧੂ ਮੂਸੇਵਾਲਾ ਕਤਲ ਮਾਮਲੇ ਦੇ ਵਿੱਚ ਬਾਹਰ ਆ ਸਕਦੇ ਨੇ, ਜਿਨ੍ਹਾਂ ਨੇ ਇਸ ਸਾਰੇ ਕਾਤਲਾਨਾ ਜੋ ਸਾਜਿਸ਼ ਹੈ ਉਸ ਸੜਯੰਤਰ ਨੂੰ ਰਚਿਆ ਸੀ। ਅਤੇ ਦੱਸ ਦਈਏ ਦੋਸਤੋ, ਉੱਥੇ ਹੁਣ ਤੁਹਾਡੇ ਨਾਲ ਉਹ ਵੀਡੀਓ ਵੀ ਸ਼ੇਅਰ ਕਰਾਂਗੇ ਜੋ ਸਿੱਧੂ ਮੂਸੇਵਾਲਾ ਕਤਲ ਮਾਮਲੇ ਦੇ ਵਿੱਚ ਸਾਹਮਣੇ ਆਈ ਹੈ। ਹੋ ਸਕਦਾ ਤੁਹਾਡੇ 'ਚੋਂ ਜ਼ਿਆਦਾਤਰ ਦੋਸਤਾਂ ਨੇ ਦੇਖੀ ਵੀ ਹੋਵੇ, ਪਰ ਕਿਹਾ ਜਾ ਰਿਹਾ ਕਿ ਇਹ ਵੀਡੀਓ ਸਿੱਧੂ ਮੂਸੇਵਾਲਾ ਦੇ ਕਤਲ ਮਾਮਲੇ ਦੀ ਉਸੇ ਦਿਨ ਦੀ ਹੈ ਜੋ ਕਿ ਹਾਲੇ ਤੱਕ ਕਾਫੀ ਦੋਸਤਾਂ ਦੇ ਲਈ ਅਣਦੇਖੀ ਹੈ। ਸੋ ਤੁਸੀਂ ਦੇਖੋ ਇਹ ਵੀਡੀਓ, ਬਾਕੀ ਜੋ ਗੈਂਗਸਟਰ ਅਤੇ ਕਾਰਵਾਈ ਪੰਜਾਬ ਪੁਲਿਸ ਪ੍ਰਸ਼ਾਸਨ ਦੁਆਰਾ ਅਤੇ ਸਰਕਾਰ ਦੁਆਰਾ ਕੀਤੀ ਜਾ ਰਹੀ ਹੈ ਜਾਂ ਫਿਰ ਹੁਣ ਤੱਕ ਕੀਤੀ ਗਈ ਹੈ, ਕੀ ਤੁਸੀਂ ਉਸ ਤੋਂ ਸੰਤੁਸ਼ਟ ਹੋ ਅਤੇ ਕੀ ਤੁਹਾਨੂੰ ਲੱਗਦਾ ਕਿ ਇਹ ਜੋ ਲੋੜੀਂਦੀ ਕਾਰਵਾਈ ਕੀਤੀ ਗਈ ਹੈ ਇਹ ਕਾਫੀ ਹੈ ਸਿੱਧੂ ਮੂਸੇਵਾਲੇ ਦੇ ਕਤਲ ਮਾਮਲੇ ਦੇ ਵਿੱਚ? ਇਨਸਾਫ ਦੇ ਲਈ ਜ਼ਰੂਰ ਕਮੈਂਟ ਕਰਕੇ ਦੱਸਣਾ। ਸੋ ਆਓ ਤੁਹਾਡੇ ਨਾਲ ਸ਼ੇਅਰ ਕਰਦੇ ਹਾਂ ਇਹ ਵੀਡੀਓ। ਮੇਜਰ ਨੀ ਵੱਜੀ ਉਹਦੇ, ਕਿਤੇ ਸਿਰ ਸੁਰ ਤੇ ਨੀ ਵੱਜੀ ਹੈਗੀ, ਉਹ ਇੱਧਰ ਵੱਜੀਆਂ ਬੁੱਜੀਆਂ ਨੇ ਬਾਹਾਂ ਬੂਹਾਂ ਤੇ। ਬਹੁਤ ਭੈੜੀ ਬਾਈ ਫਾਇਰਿੰਗ ਹੋਈ ਆ ਯਾਰ, ਸਿੱਧੂ ਮੂਸੇਵਾਲੀ ਗੱਡੀ ਤੇ। ਸਕਾਰਪੀਓ ਗੱਡੀ ਸੀ ਵਾਈਟ ਕਲਰ ਦੀ, ਇੱਧਰ ਬਰਨਾਲੇ ਕਵੀ ਲੈ ਕੇ ਪਹੁੰਚੇ ਨੇ। ਆਹ ਦੇਖੋ ਤੁਹਾਨੂੰ ਦਿਖਾ ਦਿੰਦੇ ਆ,
बहुत भैड़ी भाई फायरिंग हुई है यार सिद्धू मूसे वाली गड्डी ते स्कॉर्पियो गड्डी सी वाइट कलर दी इधर बरनाले के भी लेके पहुंचे ने सो दोस्तों इस दे नाल ही अज्ज दे इस खास अपडेट विच इन्ना ही मिलांगे जल्द होर ताजा खबर दे नाल उन्ने समय तक लई तुसी बने रहना लिमिटेड ज्ञान दे नाल ते सानू हुण इत्थे दिओ इजाजत धन्नवाद।